السلام علیکم ورحمت اللہ وبرکاتہ. آبا بے زی وکار کی آلے بشیر فیض اس دی آدھر خدمت ہے. بشیر فیض آفیشل یوٹیوب چینل تو دوستو کتابہ دے تعرف دے سلسلے وچ ملک پاکستان دا ساری زبانہ دا بالخصوص پنجابی زبان دا ایڈا موتبر حوالہ ایڈا وڈا نا ایڈا اچ پدرا شاعر ਮਹਾਨ ਲਿਖਾਰੀ ਮਹਾਨ ਪੰਜਾਬੀ ਸੇਵਕ ਕਿ ਜਿਹਦਾ ਮੈਂ ਬਜ਼ਾਤੇ ਖੁਦ ਫੈਨ ਹਾਂ, ਮੈਂ ਜਿਹਦੀ ਅਜ਼ਮਤ ਦਾ ਜਿਹਦੇ ਵੱਡੇਪਨ ਦਾ ਮੈਂ ਮੁਤਰਫ ਹਾਂ. ਇਤਫਾਕ ਨਾਲ ਮੈਂ ਆਪਣੀ ਲਾਇਬ੍ਰੇਰੀ 'ਚ ਕਿਤਾਬ ਦੀ ਚੋਣ ਕਰਨ ਵਾਸਤੇ ਕਿ ਕਿਹੜੀ ਕਿਤਾਬ ਅੱਜ ਮਿੱਤਰਾਂ ਦੇ ਹਵਾਲੇ ਕੀਤੀ ਜਾਵੇ ਕਿ ਕਿਹੜੀ ਕਿਤਾਬ ਦਾ ਤਾਰਫ ਅਤੇ ਚੋਣਵੇਂ ਸ਼ੇਰ ਦੋਸਤਾਂ ਦੀ ਖੂਬਸੂਰਤ ਜ਼ੌਕ ਦੀ ਨਜ਼ਰ ਕੀਤੀ ਜਾਵੇ. ਨਾਲ ਜੇ ਵੇਖਿਆ ਤਾਂ ਕਿਤਾਬ ਜਿਹਨੂੰ ਵੇਖ ਕੇ ਮੈਂ ਖੁਸ਼ ਹੋ ਗਿਆ ਔਰ ਫੌਰਨ ਚਾਹੀ ਅਤੇ ਸਾਹਮਣੇ ਲੈ ਕੇ ਆ ਗਿਆ ਔਰ ਤੁਹਾਡੇ ਦੋਸਤਾਂ ਦੀ ਨਜ਼ਰ ਕਰਨ ਲੱਗਾ. ਗੁਲਾਮ ਹੁਸੈਨ ਸਾਜਿਦ ਸਾਹਿਬ ਬਜ਼ੁਰਗ ਸ਼ਾਇਰ ਨੇ, ਮਾਰੂਫ ਹਵਾਲਾ ਹੈ. ਕਿਤਾਬ ਦਾ ਨਾਂ ਦੱਸ ਚੁੱਕਿਆਂ ਕਿਸੇ ਸੁਫਨੇ ਦੇ ਨਾਲ. ਸ਼ਾਇਰ ਦਾ ਨਾਂ ਗੁਲਾਮ ਹੁਸੈਨ ਸਾਜਿਦ ਸਾਹਿਬ, ਮੁੱਖ ਪੱਤਰ 'ਤੇ ਬਣਾਉਣ ਵਾਲੇ ਨੇ ਸਈਦ ਇਬਰਾਹਿਮ ਸਾਹਿਬ. ਪਹਿਲੀ ਵਾਰ 25 ਫਰਵਰੀ 2011 ਔਰ ਇਹਨਾਂ ਨੇ ਇਸ ਕਿਤਾਬ ਦਾ ਚੜ੍ਹਾਵਾ ਚੜ੍ਹਾਇਆ ਹੈ ਬੜੇ ਖੂਬਸੂਰਤ ਅੰਦਾਜ਼ ਨਾਲ. ਬਾਊ ਉਮਾਰ ਨਵਾਬ ਖਾਨ ਸੰਤਪਾਲ ਬਹਿਸ਼ਤੀ ਅਤੇ ਵਿਛੜੇ ਬੇਲੀ ਰਾਣਾ ਖਾਦਮ ਹੁਸੈਨ ਦੇ ਨਾਂ. ਮੈਂ ਦਾਵਾ ਨਾਲ ਆਖਣਾ ਕਿ ਅਗਰ ਸ਼ੇਰੀ ਜ਼ੌਕ ਖੂਬਸੂਰਤ ਹੋਇਆ ਤਾਂ ਇਨਸ਼ਾਅੱਲਾ ਉਹਨਾਂ ਦੇ ਕਲਾਸਿਕ ਅੰਦਾਜ਼ ਦਾਤ ਦਿਸੋ. ਮਿੱਟੀ ਦੇ ਵਿੱਚ ਲੈ ਗਿਆ ਉਹਦਾ ਇੱਕ ਇੱਕ ਅੰਗ, ਮਿੱਟੀ ਦੇ ਵਿੱਚ ਲੈ ਗਿਆ ਉਹਦਾ ਇੱਕ ਇੱਕ ਅੰਗ, ਤੈਨੂੰ ਸੋਹਣੇ ਯਾਰ ਦਾ ਹੁਣ ਚੜਿਆ ਏ ਰੰਗ. ਜੇ ਤੂੰ ਮਿਰਜ਼ਾ ਯਾਰ ਹੈ ਬੱਕੀ ਦਾ ਹਸਵਾਰ ਹੈ, ਜੇ ਤੂੰ ਮਿਰਜ਼ਾ ਯਾਰ ਹੈ ਬੱਕੀ ਦਾ ਹਸਵਾਰ ਹੈ, ਚੱਲ ਖਾਦਾਨਾਬਾਦ ਨੂੰ ਮੁੜ ਸਾਬਾ ਦੇ ਸੰਗ. ਉਹ ਮੈਂ ਕਿਹੜੇ ਸੁਲਤਾਨ ਦਾ ਨਿੱਕਾ ਪੁੱਤਰ ਸਾਂ, ਮੈਂ ਕਿਹੜੇ ਸੁਲਤਾਨ ਦਾ ਨਿੱਕਾ ਪੁੱਤਰ ਸਾਂ, ਕਿਹੜਾ ਦਾਨ ਸੀ ਮੰਗਿਆ ਮੈਥੋਂ ਮੇਰੀ ਮੰਗ. ਲੰਮੀਆਂ ਮੌਜਾਂ ਮਾਣ ਦੇ ਸ਼ਹਿਰਾਂ ਅੰਦਰ ਲੋਕ, ਪਰਬਤੋਲੇ ਰਾਤ ਦਿਨ ਹੁੰਦੀ ਰਹਿੰਦੀ ਜੰਗ, ਔਰ ਸਭ ਤਰਾਣੀ ਨੱਸਣਾ ਮੈਂ ਉਹਦੇ ਤੋਂ ਦੂਰ, ਮੁੜ ਉਹਨੇ ਵੱਲ ਮਾਰ ਕੇ ਮੈਨੂੰ ਲੈਣਾ ਟੰਗ, ਔਰ ਮੈਂ ਵੀ ਬਰਵੀਂ ਹਾਠ ਦਾ ਪਾਸਾ ਰੱਖ ਲਿਆ, ਮੈਂ ਵੀ ਬਰਵੀਂ ਹਾਠ ਦਾ ਪਾਸਾ ਰੱਖ ਲਿਆ, ਮੈਂ ਵੀ ਡਾਂਗ ਨੂੰ ਬੰਨ ਕੇ ਤੁਰਕਸ਼ ਦਿੱਤਾ ਟੰਗ. ਸਾਜਿਦ ਸੱਚੇ ਇਸ਼ਕ ਨੂੰ ਹੁਣ ਨਹੀਂ ਲੱਗਦਾ ਫਲ, ਯਾ ਏ ਬਾਣਾ ਫਕਰ ਦਾ ਹੁਣ ਹੋਇਆ ਏ ਤੰਗ, ਯਾ ਏ ਬਾਣਾ ਫਕਰ ਦਾ ਹੁਣ ਹੋਇਆ ਏ ਤੰਗ. ਅੱਛਾ, ਇਹ ਸ਼ਾਇਰ ਨੂੰ ਸਮਝਣਾ ਬੜਾ ਮੁਸ਼ਕਿਲ ਹੈ. ਉਸਤਾਦ ਸ਼ਾਇਰ ਨੇ ਅਤੇ ਬਹਿਰਾਂ ਦਾ ਚੁਣਾਓ ਬੜਾ ਮੁਖਤਲਿਫ ਕਰਦੇ ਨੇ. ਕਾਫੀਆ ਬੰਦੀਆਂ, ਕਾਫੀਆ ਰਦੀਫ ਦਾ ਬੜਾ ਅਜੀਬ ਤਰ੍ਹਾਂ ਦਾ ਇਸਤੇਮਾਲ ਰੂਟੀਨ ਥੱਟ ਕੇ ਕਰਦੇ ਨੇ. ਤੁਸੀਂ ਵੇਖੋ, ਰੱਤੀ ਲਾਟ ਗੁਲਾਬ ਦੀ ਵਿਹੜੇ ਵਿੱਚ ਜੱਗੇ, ਮੁੜ ਵੀ ਸਾਡੇ ਕੋਠਿਆਂ ਨੂੰ ਫਲ ਨਾ ਲੱਗੇ, ਮੁੜ ਵੀ ਸਾਡੇ ਕੋਠਿਆਂ ਨੂੰ ਫੁੱਲ ਨਾ ਲੱਗੇ, ਪਿੱਛੇ ਪਿੱਛੇ ਵੱਜਦਾ ਅੰਬਦਾ ਏ ਮਾਰੂ, ਸੋਹਣੀ ਤਾਲ ਦਰੀਸ ਦੀ ਇਹ ਅੱਗੇ ਅੱਗੇ, ਚਿੱਟੀ ਚਾਦਰ ਆਸ ਦੀ ਇਹ ਲੀਰਾਂ ਲੀਰਾਂ, ਚਿੱਟੀ ਚਾਦਰ ਆਸ ਦੀ ਇਹ ਲੀਰਾਂ ਲੀਰਾਂ, ਵੇਖਾਂ ਬਾਣਾ ਇਸ਼ਕ ਦਾ ਕਦ ਤਾਈਂ ਤੱਗੇ, ਮੈਂ ਮਨਸ਼ਾਰੂ ਛੂਕਦੇ ਪਾਣੀ ਤੂੰ ਡਰਦੀ, ਪਾਰ ਹੈ ਠਾਣਾ ਯਾਰ ਦਾ ਵਿੱਚ ਰਾਵੀ ਵੱਗੇ, ਲੱਖ ਸਰਹੰਦੀ ਬੈਠ ਕੇ ਪਏ ਅੜਖ ਜਗਾਓ, ਮੁੜ ਕੇ ਸੁਰਤ ਨਾ ਪਾਉਂਦੇ ਹੋਤਾਂ ਦੇ ਠੱਗੇ, ਉਦੋਂ ਕਾਲੇ ਪੱਟ ਨੂੰ ਨਾ ਚੜ੍ਹੀ ਸਫੈਦੀ, ਉਦੋਂ ਕਾਲੇ ਪੱਟ ਨੂੰ ਨਾ ਚੜ੍ਹੀ ਸਫੈਦੀ, ਸਾਜਿਦ ਹੁਣ ਤੇ ਕਾਗਵੀ ਹੋਏ ਨੇ ਬੱਗੇ, ਸਾਜਿਦ ਹੁਣ ਤੇ ਕਾਗਵੀ ਹੋਏ ਨੇ ਬੱਗੇ. ਹੁਣ ਚੁੱਕਿ ਸਾਰੀ ਕਿਤਾਬ ਜਿਹੜੀ ਹੈ ਨਾ ਉਹ ਹੈ ਜਨਾਬ 111 ਸਫਾਤ ਦੀ, ਕਾਗਜ਼ ਬਹੁਤ ਖੂਬਸੂਰਤ ਲੱਗਾ ਹੋਇਆ. ਉਹ ਮੈਂ ਇਹ ਸੋਚਦਾ ਪਿਆ ਕਿ ਤੁਹਾਨੂੰ ਕਿਹੜੀ ਕਿਹੜੀ ਗਜ਼ਲ ਸੁਣਾ ਦਿੱਤੀ ਜਾਵੇ ਅਤੇ ਕਿਹੜੀ ਨਾ ਸੁਣਾਈ ਜਾਵੇ, ਛੋਟੀ ਬੈਰ ਦੀਆਂ ਲੰਮੀ ਬੈਰ ਦੀਆਂ. ਲੇਕਿਨ ਮੇਰਾ ਦਿਲ ਹੈ ਕਿ ਆਖਿਰ ਤੇ ਨਾ ਮੈਨੂੰ ਅੱਜ ਵੰਗਾਰ ਦੀ ਮਿੱਟੀ ਸਾਂਦਲ ਬਾਰ ਦੀ, ਮੈਨੂੰ ਅੱਜ ਵੰਗਾਰ ਦੀ ਮਿੱਟੀ ਸਾਂਦਲ ਬਾਰ ਦੀ, ਅੱਖਾਂ ਦੇ ਰੁੱਖ ਜੰਮਦੀ ਅਤੇ ਸੀਨੇ ਨੂੰ ਠਾਰ ਦੀ, ਜੇ ਵਿੱਥਾਂ ਨਾ ਜੰਮਦੀਆਂ, ਜੇ ਲੋੜਾਂ ਨਾ ਪੰਮਦੀਆਂ,
ਜੇ ਵਿੱਥਾਂ ਨਾ ਜੰਮਦੀਆਂ ਲੋੜਾਂ ਨਾ ਜੇ ਲੋੜਾਂ ਨਾ ਪੰਮਦੀਆਂ ਮੈਂ ਤੈਥੋਂ ਜਿੰਦ ਵਾਰਦਾ ਤੂੰ ਮੈਥੋਂ ਜਿੰਦ ਵਾਰਦੀ।